पैक टेन जो है जिवें मुड़दा नहीं पैक हो गया उहदा कफन जिवें पाया बड़ा लपेट बूट के रन साहब इहनू कहिंदे ने बीफ डोनर बीफ डोनर है तुर्की दी डिश है ਹਾਂਜੀ ਚਮਕ ਰਿਹਾ ਜਿਵੇਂ ਸਿਲਵਰ ਦੀ ਮੈਸ ਨਹੀਂ ਤਾਂ ਸਿਲਵਰ ਦਾ ਕੋਈ ਮੈਨੂੰ ਮੈਡਲ ਮਿਲ ਗਿਆ ਮੈਨੂੰ ਇੰਝ ਲੱਗਦਾ ਇੰਝ ਅਸੀਂ ਕਦੀ ਮੱਛੀ ਪਕਾਉਂਦੇ ਹੁੰਦੇ ਤਾਂ ਇਹੋ ਜਿਹੇ ਕਾਗਜ਼ ਚ ਲਪੇਟ ਕੇ ਨਾ ਮੱਛੀ ਨੂੰ ਮਸਾਲੇ ਮਸੂਲੇ ਲਾ ਕੇ ਮੁੜ ਕੇ ਕੋਲਿਆਂ ਚ ਧਰਦੇ ਨੇ ਤੇ ਥੋੜੀ ਦੇਰ ਬਾਅਦ ਬਾਹਰ ਕਰ ਲੈਣੀ ਉਹ ਪੱਕੀ ਹੋਣੀ ਇੱਦਾਂ ਕੀ ਰੋਟੀ ਹੈ ਕੀ ਹੈਗਾ ਲੱਗਦਾ ਤਾਂ ਇੰਝ ਜੇ ਨਾਨ ਹੋਵੇ ਇਹ ਕੀ ਹੈ ਪਤਲਾ ਪਤਲਾ ਚੌਧਰੀ ਸਾਹਿਬ ਇਹ ਬੀਫ ਹੈ ਗੋਸ਼ਤ ਹੈ ਅੰਨਾ ਬਰੀਕ ਦੋ ਜੀ ਜਦੋਂ ਵੀ ਤੁਸੀਂ ਇਹੋ ਜਿਹੇ ਕਾਗਜ਼ 'ਚ ਲਿਪਟੀ ਰੋਟੀ ਖਾਣੀ ਨਾ ਤਾਂ ਤੁਸੀਂ ਕੋਸ਼ਿਸ਼ ਕਰਨਾ ਕਾਗਜ਼ ਸੰਭਾਲ ਕੇ ਰੱਖ ਲਓ ਕਿਉਂਕਿ ਉਹਨੂੰ ਧੋ ਧੋ ਕੇ ਨਾ ਤੁਸੀਂ ਉਹਦੇ ਡੈਕੋਰੇਸ਼ਨ ਪੀਸ ਬਣਾ ਸਕਦੇ ਹੋ ਇੱਥੇ ਤਾਂ ਸਾਡੇ ਨਾ ਲੋਕ ਇਸ ਤਰ੍ਹਾਂ ਸ਼ਵਾਰਮਾ ਬਣਾ ਕੇ ਦੇ ਦਿੰਦੇ ਨੇ ਚਿਕਨ ਬਾਗ ਖਾਂਦੇ ਚਿਕਨ ਕਿਉਂਕਿ ਮੈਂ ਖੁਸ਼ ਇਸ ਲਈ ਕਿ ਤੁਸੀਂ ਇਹਦੇ ਗੋਸ਼ਤ ਪਾਇਆ ਬੀਫ ਜਾਂ ਸਰਦੀਆਂ 'ਚ ਖਾ ਕੇ ਤੁਸੀਂ ਆਪਣੇ ਆਪ ਨੂੰ ਤਵਾ ਨਾ ਮਹਿਸੂਸ ਕਰੋਗੇ ਜਿਸਮ ਤੁਹਾਡਾ ਗਰਮ ਹੋ ਜਾਏਗਾ ਨਾ ਕਰੀਮ ਬਣਨਾ ਕਪੈਸਿਟੀ ਵੀ ਮਿਰਚ ਮੁਰਚਾਂ ਹੈਗੀਆਂ ਵਿੱਚ ਜਿਵੇਂ ਸਾਡਾ ਖੱਟਾ ਮਿੱਠਾ ਚਾਹ ਹੁੰਦਾ ਖੱਟਾ ਖੱਟਾ ਇਸ ਕਹਿ ਚਾਹ ਵਿੱਚ ਪਾਇਆ ਗਿਆ ਗੋਸ਼ਤ ਦਾ ਅੱਡਾ ਇੱਕ ਮਜ਼ੇਦਾਰ ਜ਼ਾਇਕਾ ਨਾ ਮੈਨੂੰ ਤਾਂ ਇੰਝ ਲੱਗਦਾ ਵੀ ਰੋਸਟ ਹੋਇਆ ਨਹੀਂ ਕੋਈ ਚੀਜ਼ ਵਿੱਚ ਪਾ ਦਿੱਤੀ ਉਹਨਾਂ ਨੇ ਅੱਡਾ ਭਰਪੂਰ ਜਦੋਂ ਖਾਂਦਾ ਨਾ ਬੰਦਾ ਉਹਦੇ ਵਿੱਚ ਰਸ ਨਿਕਲ ਕੇ ਜਾਂਦਾ ਨਾ ਮੂੰਹ ਦੇ ਅੰਦਰ ਯਾਰ ਕੀ ਸਵਾਦ ਆਉਂਦਾ ਮੈਂ ਕਹਿੰਦਾ ਜੀ ਕੀ ਕਮਾਲ ਜ਼ਾਇਕਾ ਹੈ ਇਹਦਾ ਕੀ ਮਜ਼ੇਦਾਰ ਜ਼ਾਇਕਾ ਸਭ ਨੂੰ ਠੀਕ ਹੈ ਕਿ ਜਦੋਂ ਗੋਸ਼ਤ ਨੂੰ ਬਰੀਕ ਬਿਲਕੁਲ ਪਲੈਮ ਜਿਹਾ ਬਣਾ ਕੇ ਉਹਨਾਂ ਦੀ ਚਿਪਸ ਜਿਵੇਂ ਚਿਪਸ ਨਹੀਂ ਹੁੰਦੀ ਆਲੂ ਵਾਂਗ ਚਿਪਸ ਤਰ੍ਹਾਂ ਬਣਾ ਕੇ ਰੱਖੀ ਉਹਨਾਂ ਨੇ ਪੀਜ਼ਾ ਵਿੱਚ ਸਾਲਨ ਰੱਖ ਕੇ ਨਾ ਰੋਟੀ ਦਾ ਉਹਨੂੰ ਡਬਲ ਕਰਕੇ ਤੇ ਖਾਧਾ ਜਾਵੇ ਨਾ ਜਿਸ ਤਰ੍ਹਾਂ ਗੋਸ਼ਤ ਭੁੰਨਿਆ ਹੋਇਆ ਤੇ ਉਸ ਤਰ੍ਹਾਂ ਦਾ ਜ਼ਾਇਕਾ ਦਾ ਮੈਨੂੰ ਆ ਰਿਹਾ ਤੁਰਕੀ ਦੀ ਮਾਸ਼ਾਅੱਲਾ ਇਹ ਪਹਿਲੀ ਡਿਸ਼ ਮੈਂ ਮੇਰਾ ਖਾ ਰਿਹਾ ਵਾਂ ਇਹ ਸ਼ਾਇਦ ਕਿ ਪਹਿਲੇ ਕਦੀ ਹੋਰ ਖਾਧੀ ਹੋਵੇ ਲੇਕਿਨ ਹੋਰ ਬਥੇਰੀਆਂ ਤੁਹਾਡੀਆਂ ਡਿਸ਼ਾਂ ਨੇ ਜਿਹੜੀਆਂ ਅਸੀਂ ਨਹੀਂ ਖਾਧੀਆਂ ਇਹ ਡਿਸ਼ ਖਾ ਕੇ ਮੈਨੂੰ ਸਮਝ ਆਈ ਕਿ ਇਹ ਡਿਸ਼ ਤੇ ਛੋਟੀ ਜਿਹੀ ਆਮ ਮੈਨੂੰ ਲੱਗ ਰਿਹਾ ਕਿ ਜਿਵੇਂ ਸਾਡੇ ਇੱਥੇ ਸ਼ਵਾਰਮੇ ਵੇਚਦੇ ਨੇ ਇੱਥੇ ਲੋਕ ਵੇਚਦੇ ਨੇ ਉੱਥੇ ਬੀਫ ਡੋਨਰ ਨੂੰ ਉਹਨਾਂ ਨੇ ਵਿੱਚ ਆਲੂ ਵੀ ਪਾਏ ਨੇ ਤਾਂ ਕਿ ਆਲੂਆਂ ਦਾ ਵੀ ਮਜ਼ਾ ਆਵੇ ਵੱਡਾ ਗੋਸ਼ਤ ਵੀ ਹੈਗਾ ਜੇ ਕਰੀਮਾਂ ਸ਼ਰੀਮਾਂ ਵੀ ਵਿੱਚ ਹੈਗੀਆਂ ਜੇ ਆਲੂ ਵੀ ਹੈਗੇ ਜੇ ਤੇ ਸਮਝ ਨਹੀਂ ਲੱਗ ਰਹੀ ਕਿ ਚੱਕ ਮਾਰਨਾ ਕਿਸ ਤਰ੍ਹਾਂ ਫਿਰ ਜੇ ਆਲੂ ਦੀ ਚਿਪਸ ਹੈਗੀ ਹੈ ਵੈਸੇ ਸਾਡੇ ਕੋਲ ਚਿਪਸ ਮਿਲਦੀ ਹੈ ਫਿੰਗਰ ਤੋਂ ਉਹ ਕੱਟ ਕੱਟ ਕੇ ਬੱਚਿਆਂ ਨੂੰ ਅਕਸਰ ਆ ਜਾਈਏ ਖਾਣੇ ਦਿੰਦੇ ਆ ਟੋਫੀ ਲੋਕ ਵੇਚ ਰਹੇ ਹੁੰਦੇ ਨੇ ਖਾ ਰਹੇ ਹੁੰਦੇ ਆ ਲੈ ਜੀ ਮੈਂ ਘਰ ਆਉਣਾ ਮੈਨੂੰ ਬੜੀ ਭੁੱਖ ਲੱਗਣੀ ਅਤੇ ਮੇਰੀ ਮਾਂ ਨੇ ਸਾਲਨ ਭੁੰਨਿਆ ਹੋਣਾ ਅਤੇ ਜਨਾਬ ਮੈਂ ਉਹ ਰੋਟੀ ਦੇ ਉੱਤੇ ਰੱਖਣਾ ਅਤੇ ਉਹਨੂੰ ਇੰਝ ਕਰਕੇ ਸ਼ਵਾ ਜਿਸ ਤਰ੍ਹਾਂ ਇਹਨਾਂ ਨੇ ਕੀਤਾ ਇੰਝ ਕਰਕੇ ਬਣਾਉਣਾ ਅਤੇ ਮੈਂ ਰੋਲ ਜਿਹਾ ਅਤੇ ਖਾਂਦੇ ਜਾਣਾ ਦੌੜਦੇ ਜਾਣਾ ਨਾਲ ਗੁਲੀਆਂ ਪੜੀ ਜਾਣਾ ਜਾਣੀ ਕਿ ਚਾਰ ਪੰਜ ਚੀਜ਼ਾਂ ਦਾ ਜੋ ਜ਼ਾਇਕਾ ਤੁਹਾਡੇ ਮੂੰਹ ਦੇ ਵਿੱਚ ਤੁਸੀਂ ਇਹਨੂੰ ਦੰਦਾਂ ਦੇ ਨਾਲ ਵਿੱਚ ਡਿੱਚ ਕੇ ਖਾਣਾ ਨਾ ਕਿਆ ਸਵਾਦ ਆ ਰਿਹਾ ਅਤੇ ਉਹਦਾ ਰਸ ਜਦੋਂ ਨਿਕਲਦਾ ਬਾਹਰ ਦੇਖੋ ਜਿਹੜਾ ਬੀਫ ਹੀ ਬੀਫ ਵਿੱਚ ਜ਼ਿਆਦਾ ਪਿਆ ਮੈਨੂੰ ਵੈਸੇ ਪਹਿਲੇ ਇੰਝ ਹੀ ਲੱਗਿਆ ਸੀ ਮੈਂ ਘਰ ਨਾਨ ਦੇ ਵਿੱਚ ਕੋਈ ਚੀਜ਼ ਲਪੇਟ ਕੇ ਲਿਆਉਂਦੀ ਹੈ ਪਰ ਇਹ ਹੈਗੀ ਸ਼ਵਾਰਮਾ ਬ੍ਰੈਡ ਕਹਿ ਸਕਦੇ ਹੋ ਤੁਸੀਂ ਇਹਨੂੰ ਉਹ ਜੀ ਕਰੀਮ ਸੋਸ ਪਾਈਏ ਇਹ ਬੜੀ ਬਿਹਤਰੀਨ ਜੀ ਪਾਈ ਇੰਝ ਕਹਿ ਜਿਵੇਂ ਕਹਿੰਦੇ ਮੱਖਣ ਹੈਗਾ ਅਤੇ ਵੱਡੇ ਗੋਸ਼ਤ 'ਚ ਸਭ ਤੋਂ ਜ਼ਿਆਦਾ ਤਾਕਤ ਜਿਹੜੀ ਵੱਡੇ ਗੋਸ਼ਤ 'ਚ ਹੈਗੀ ਕਹਿੰਦੇ ਤਾਂ ਖੁਸ਼ਬੂਆਂ ਵੀ ਆ ਰਹੀਆਂ ਲੱਜ਼ਤ ਆ ਰਹੀ ਖਾਂਦੇ ਟਾਈਮ ਬੰਦਾ ਪਰੇਸ਼ਾਨ ਹੀ ਨਹੀਂ ਹੈਗਾ ਯਾਰ ਮੈਨੂੰ ਅੱਛਾ ਨਹੀਂ ਲੱਗਾ ਮੇਰੇ ਤੋਂ ਨਹੀਂ ਖਾ ਰਿਹਾ ਇਹ ਤਾਂ ਫਿਰ ਗਲਤ ਗੱਲ ਹੈਗੀ ਇਹਦਾ ਮਜ਼ਾ ਹੀ ਇੰਨਾ ਚੜ੍ਹੇ ਨਹੀਂ ਨਾ ਖਾਧਾ ਅੱਜ ਤੱਕ ਮੇਰੀ ਤਾਂ ਰਿਕੁਐਸਟ ਹੈ ਜ਼ਰੂਰ ਖਾਣ ਜਾ ਕੇ ਬੀਫ ਡੋਨਰ ਨੂੰ ਅੱਜ ਕਿਹਾ ਬਾਅਦ ਇਹਨੇ ਧੁੰਮਾਂ ਬਚਾ ਦਿੱਤੀਆਂ ਯਾਰ ਇਹਨਾਂ ਨੇ ਬੀਫ ਦੇ ਵਿੱਚ ਬੜੇ ਅੱਛੇ ਮਸਾਲੇ ਲਾਏ ਨੇ ਅਤੇ ਬੜਾ ਅੱਛਾ ਜ਼ਾਇਕਾ ਆ ਰਿਹਾ ਲੱਗਦਾ ਹਲਕਾ ਜਿਹਾ ਸਿਰਕਾ ਵੀ ਪਾਇਆ ਮੈਨੂੰ ਤਾਂ ਸਮਝ ਇਸ ਚੀਜ਼ ਨਹੀਂ ਆ ਰਹੀ ਕਿ ਇਹ ਗੋਸ਼ਤ ਇਹਨਾਂ ਨਾਲ ਬਰੀਕ ਇਹਨੂੰ ਕਿਸ ਤਰੀਕੇ ਨਾਲ ਉਹਨਾਂ ਨੇ ਗਾ ਲਿਆ ਕਿਸ ਤਰੀਕੇ ਨਾਲ ਪਕਾ ਕੇ ਉਹਨਾਂ ਭਾਈ ਦਾ ਬੀਫ ਡੋਨਰ ਬਣਾਇਆ ਇੱਥੇ ਤਾਂ ਲੋਕਾਂ ਦਾ ਗੋਸ਼ਤ ਗਲਦਾ ਹੀ ਨਹੀਂ ਗਾ ਨਾਲ ਉੱਤੇ ਸੋਸ ਵਗੈਰਾ ਲੱਗੀ ਹੋਈ ਹੈ ਜਿਹੜੀ ਕਿ ਇੱਕ ਅਲੱਗ ਹੀ ਜਲਵਾ ਦਿਖਾ ਰਹੀ ਹੈ ਕਿਆ ਬਾਤ ਬੰਦਾ ਗੱਡੀ ਚਲਾਉਂਦਾ ਹੋਵੇ ਨਾਲ ਤੇ ਨਾਲ ਨਾਲ ਇਹਦੀ ਇੱਕ ਚੁਸਕੀ ਲੈਂਦਾ ਹੋਵੇ ਤੇ ਕੀ ਮਜ਼ੇ ਆਣ ਵੈਸੇ ਦੇਖੋ ਨਾ ਜੀ ਇਹ ਜੋ ਛੋਟੇ ਜਿਹੇ ਮਾਸ 'ਚ ਲਾਏ ਨੇ ਸਾਡੇ ਹਾਂਡੀਏ ਨਹੀਂ ਗਲਦੇ ਇਹ ਕਿੱਸਾ ਬਿਲਕੁਲ ਨਰਮ ਜਿਹੇ ਗਲੇ ਹੋਏ ਨੇ ਖਾਣ ਦਾ ਜ਼ਾਇਕਾ ਫਿਰ ਚਟਪਟਾ ਜਿਹਾ
ਫਿਰ ਯਾਰ ਨਾਨ ਹੈਗਾ ਹੈ ਬਿਲਕੁਲ ਮੈਦੇ ਦਾ ਹੈਗਾ ਕਿ ਜਿਵੇਂ ਬਿਲਕੁਲ ਨਰਮ ਜਿਹਾ ਯਾਰ ਵੇਖਣ ਵਾਲੀ ਵੈਸੇ ਅਜੀਬ ਜਿਹੀ ਗੱਲ ਹੈਗੀ ਸਾਡੇ ਤਾਂ ਇੱਥੇ ਕੜਾਚ ਕੜਾਚ ਬੂਟੀਆਂ ਜਿਹੜੀਆਂ ਮੋਟੀਆਂ ਕਰਦੇ ਨੇ ਅਤੇ ਇਹਨਾਂ ਨੇ ਬੜੀ ਲੰਬਾਈ ਦੇ ਵਿੱਚ ਅਤੇ ਬੜਾ ਬਰੀਕ ਕੱਟਿਆ ਹੈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਦਬਾਇਆ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਆਪਣੀ ਸਿਹਤ ਦਾ ਖਿਆਲ ਰੱਖਣਾ ਸਾਨੂੰ ਇਜਾਜ਼ਤ ਦਿਓ ਫਿਰ ਮੁਲਾਕਾਤ ਕਰਾਂਗਾ ਅੱਲਾ ਹਾਫਿਜ਼।